ਸਤਿ ਸ਼੍ਰੀ ਅਕਾਲ ਵੀਰ ਜੀ, ਹੋਰ ਠੀਕ ਠਾਕ? ਵਧੀਆ ਜੀ, ਹਾਂਜੀ ਵਧੀਆ ਸਰ ਜੀ। ਹਾਂਜੀ ਭਾਜੀ, ਰਾਤ ਰਣਜੀਤ ਦੇ ਅੱਡੇ ਤੇ ਮਸ਼ੀਨ ਲਾਤੀ ਸੀ। ਇਹ ਚੈਨਲ ਦਾ ਇੱਕ ਫਾਇਦਾ ਹੈ ਨਾ, ਵੀ ਚਲ ਜਿੱਥੇ ਬੰਦਾ ਜਾਂਦਾ। ਮੈਂ ਕਹਿੰਦਾ ਬਾਈ ਰਣਜੀਤ, ਕਈ ਪਿੰਡਾਂ 'ਚ ਗਏ ਆ, ਜਿੱਥੇ ਜਾਈਦਾ ਉੱਥੇ ਮਸ਼ੀਨ ਲਾ ਕੇ ਆਪਣਾ ਘਰ ਨੂੰ ਆ ਜਾਈਏ। ਰਾਤ ਇੱਥੇ ਮਸ਼ੀਨ ਲਾ ਕੇ ਤੇ ਬਾਈ ਦੇ ਅੱਡੇ 'ਤੇ ਐਤਕੀ ਮਸ਼ੀਨਾਂ ਦੋ ਹੋਰ ਲਿਆਇਆ ਵਿਸ਼ਾਲ ਹੈ। ਹਾਂਜੀ, ਇਹ 4x4x ਕੰਪਨੀਆਂ ਨਾਲ ਲੱਗਿਆ ਹੋਇਆ। ਇਹ ਆਪਾਂ ਆਪ ਲਵਾਇਆ ਸੀਗਾ, ਲੇਹ ਲੈਂਡ ਦਾ ਹੈ ਨਾ। ਹਾਂਜੀ, ਇਹਦਾ ਕਾਮਯਾਬ ਹੈਗਾ ਕਿ ਨਹੀਂ? ਹਾਂ, ਪੂਰਾ ਕਾਮਯਾਬ ਹੈ। ਕਈ ਬੰਦੇ ਨੇ ਧਰਾ ਆਇਆ ਵਿੱਚ ਤੇ ਨਹੀਂ, ਆਪਣਾ ਤਾਂ ਸੈੱਟ ਹੈ ਕੰਮ, ਸੈੱਟ ਆ। ਠੀਕ ਹੈ, ਠੀਕ। ਇੱਕ ਗੱਲ ਆ, ਮੈਂ ਗੱਲ ਕਰਦਾ ਆਪਣੇ ਪੇਜ ਦੀ, ਵੀ ਇੱਕ ਪੇਜ ਬਣਾ ਹੈ ਨਾ, ਫਾਇਦਾ ਇਹ ਹੈ ਜਿੱਥੇ ਵੀ ਜਾਈਦਾ ਕੋਈ ਨਾ ਕੋਈ ਇੱਕ ਪਿੰਡ ਦੇ ਵਿੱਚ 2000 ਬੰਦੇ ਆਪਣੇ ਮਿਲੇ ਜਾਂਦੇ। ਰਾਤ ਇਹਦਾ ਮਸ਼ੀਨ ਵੇ ਕਢਾਈ ਆਰਾਮ ਹੋ ਗਿਆ, ਘਰ ਨੂੰ ਚਲ ਗਏ। ਹੈ ਰਣਜੀਤ ਬਾਈ, ਬਹੁਤ ਵਧੀਆ ਲੱਗ ਗਿਆ ਸੀਜ਼ਨ ਬਾਈ, ਬਹੁਤ ਸੋਹਣਾ ਲੱਗ ਗਿਆ। ਹਾਂ, ਚਾਰੇ ਚਲਾਈਆਂ ਪਈਆਂ, ਚਾਰੀਆਂ ਚਲਾਈਆਂ, ਚਾਰੇ ਕੱਟਣ ਦੇ ਹੋ, ਚਾਰੇ ਕੱਟਣ। ਵਿਸ਼ਾਲ ਵਿਸ਼ਾਲ ਦੇ ਕੱਟ ਸਾਰੇ, ਵਿਸ਼ਾਲ ਦੇ। ਠੀਕ ਆ, ਸ਼ੈੱਡ ਪਾ ਦੇ ਹੁਣ, ਵਧੀਆ ਰੱਖ ਦੇ ਤੁਸੀਂ। ਆਪਾਂ ਸ਼ੈੱਡ ਵਾਸਤੇ ਛੱਡਿਆ ਵਾ ਥਾਂ ਸਾਰਾ, ਛੱਡੀ ਪਾਉਣ। ਹੋਰ ਆ ਪਤਾ ਲੱਗੇ, ਇੱਧਰ ਨੂੰ ਮੂੰਹ ਪਾ ਕੇ ਖੜੀਆਂ ਨੂੰ ਰੋਡ ਨੂੰ, ਵੱਡਾ ਸ਼ੈੱਡ ਪਾ ਦੇਣਾ ਸਾਰਾ, ਉਹ ਪਿੱਛੇ ਤੱਕ। ਹਾਂ, ਪਿੱਛੇ ਤੱਕ ਪਾ ਦੇਣਾ ਸ਼ੈੱਡ ਆਪਾਂ ਸਾਰਾ। ਮੱਕੀ ਦਾ ਹਲੇ ਚੱਲੀ ਜਾਂਦਾ, ਕਿੰਨਾ ਕਰਾ ਜੀ ਇਹਦੇ ਨਾਲ ਨਿਬੜ ਗਿਆ? ਥੋੜ੍ਹਾ ਬਹੁਤ ਐਂਡ ਜਿਹਾ ਹੀ ਆ, ਬਸ ਐਂਡ ਜਿਹਾ ਹੀ। ਹੁਣ ਉਹਦੇ ਨੂੰ ਝੋਨੇ ਤਿਆਰ ਹੋਵੇ, ਰਿਪੇਅਰ ਦਾ ਸਮਾਂ ਮਸੀ ਹੋਣਾ। ਹੁਣ ਮੈਨੂੰ ਕਈ ਬੰਦੇ ਫੋਨ ਕਰੀ ਜਾਂਦੇ, ਬਾਈ ਝੋਨੇ ਦੀ ਰਿਪੇਅਰ ਰਪੂਰ ਕਰ ਲਾ, ਬਸ ਚਾਰੇ ਪਾਈ ਜਾਂਦੇ ਆ। ਮੈਂ ਜਿੱਦਣ ਵੱਢਣਾ ਸੀ, ਦੋ ਕੁ ਦਿਨ ਪਹਿਲਾਂ ਖੋਲ੍ਹਣੀ ਆ, ਇੱਕ ਕਰਕੇ ਤੋਲਣੀ, ਨਾਲ ਦੀ ਨਾਲ ਚਲਾਈ ਜਾਵਾਂਗੇ। ਚੱਲੀਏ ਮੂੰਗੀ ਤੇ ਫਿਰ ਦੇਖੀਏ ਝਾਟਾ। ਹਾਂਜੀ ਹਾਂਜੀ, ਚਲੋ ਹੈਂ, ਹਾਂ ਚੱਲਾਂਗੇ, ਐਤਕੀ ਚੱਲਦੇ ਹਾਂ, ਦੇਖ ਆਉਂਦੇ ਯਾਰ, ਲਿਆਵਾਂਗੇ ਜਾਵਾਂਗੇ। ਆਹ ਤਾਂ ਮੈਂ ਕਹਿੰਦਾ ਮੂੰਗੀ ਤੇ ਚੱਲੀ ਵੀ ਤੇਰੀ ਹੈ ਨਾ, ਇਹ ਮੂੰਗੀ ਵੱਢ ਕੇ ਆਏ ਹਾਂ, ਆ ਮੂੰਗੀ ਦਾ ਮਾਲ ਫਸਿਆ ਹੋਇਆ ਵੈਸੇ। ਮੈਂ ਦੇ ਉਹੀ ਮੂੰਗੀ। ਹਾਂਜੀ, ਹਿੱਸਾ ਬਹੁਤ ਜ਼ਬਰਦਸਤ ਲੱਗਦਾ ਹੈ ਨਾ, ਲੇਹ ਲੈਂਡ ਦਾ ਹੈਵੀ ਆ, ਹੈਵੀ ਆ, ਐਕਸਲ ਨਹੀਂ ਮੋਟੇ, ਵੈਸੇ ਵੀ ਹੈਵੀ ਆ, ਹੈਵੀ ਨਹੀਂ ਬਾਈ, ਐਕਸਲ ਦੇ ਦੂੰਗਾ ਇਹ ਜਿਹਾ। ਇੱਕ ਗੱਲ ਹੋਰ ਦੇਖ, ਉਹਨਾਂ ਨੂੰ ਦੂਏ ਇੱਥੇ ਟਾਟਾ ਨਾਲ ਉਹਦੇ ਗੋਲੀ ਜੀ ਦਿੱਤੀ ਹੋਈ ਆ ਨਾ, ਹਾਂਡੇ ਜੀ, ਇਹਦੇ ਸਿਰਫ ਐਕਸਲੇ ਮੁੜ ਦਾ ਕਰਿਆ ਹੋਇਆ ਰਿਹਾ। ਗੇਟ ਤੇ 4x4 ਸਾਰੇ ਚੱਲੀ ਜਾਂਦੇ ਜ਼ੋਰ ਮਾੜਾ ਜਿਹਾ। ਗੁਜਰਾਤ ਦੀ ਕਰ ਲਈ ਜਾਣਾ ਫਿਰ ਤਿਆਰ ਕੀ? ਹਾਂਜੀ ਹਾਂਜੀ, ਚੱਲ ਮੀਂਹ ਬਹੁਤ ਪਈ ਜਾਂਦਾ ਗੁਜਰਾਤ ਚ, ਕਹਿੰਦੇ ਮੀਂਹ ਬਹੁਤ ਵਧੀਆ, ਮੀਂਹ ਪੈ ਜਾਂਦੇ ਹੁੰਦੀ ਆ ਕਣਕ ਦੀ। ਅੱਜ ਮੀਂਹ ਦਾ ਮੌਸਮ ਤਾਂ ਇੱਥੇ ਵੀ ਆ ਬਾਕੀ
ਕਈ ਬੰਦੇ ਕਹਿੰਦਾ ਧੋਤੇ ਤੇ ਸਟਾਰਟ ਨੀ ਹੋਏ ਸਾਡਾ, ਆ ਪਾਣੀ ਜੇ ਖੜੀ ਆ, ਮੀਂਹ ਪਏ ਉੱਪਰੇ ਪਿਆ ਆਪਣੇ ਹੁਣ ਬਾਹਰ ਜਾ ਕੇ ਇੱਥੇ ਮੰਨ ਲਓ ਸ਼ੈੱਡ ਸ਼ੁੱਡ ਕੋਈ ਲਾ ਲੈਂਦਾ ਉਹ ਬਾਹਰ ਜਦੋਂ ਜਾਂਦੀਆਂ ਕੰਮ ਤੇ ਬਾਹਰ ਪਾਣੀ ਚ ਹੀ ਰਹਿੰਦੀਆਂ ਖੜੀਆਂ ਦੇਖ ਲਾ ਆਪਣੇ ਦਾ ਸ਼ੈੱਡ ਵੀ ਆ ਆਈ ਪੀ ਯੂ ਪੀ ਚ ਕਿਹੜਾ ਸ਼ੈੱਡ ਆ ਖੜੀਆਂ ਬਾਹਰ ਇਹਨੇ ਖਰਚਿਆਂ ਦੀ ਖੜੇ ਹੋਈਦਾ ਉੱਥੇ ਕਿਹੜਾ ਪ੍ਰੋਬਲਮ ਉੱਥੇ ਆਉਂਦੀ ਜਿਹੜਾ ਮਾੜਾ ਯੂਰੀਆ ਪਾਉਂਦਾ ਜਦੋਂ ਲੈ ਕੇ ਆਪਾਂ ਰੋਡ ਬਸ ਸਾਰਾ ਸਿਸਟਮ ਹੈ ਯੂਰੀਏ ਦੇ ਯੂਰੀਏ ਦੀ ਗੇਮ ਆ ਹੁਣ ਕਿ ਆਪਾਂ ਦੇਖੇ ਦੇਖਦੇ ਨੀ ਜਦੋਂ ਕਿੱਥੇ ਵੀ ਜਿੱਥੇ ਯੂਰੀਆ ਕਈ ਬੰਦੇ ਨੇ ਮਾੜਾ ਪਾਇਆ ਵਿੱਚ ਜੰਮ ਗਿਆ ਬਸ ਹੈ ਹੁਣ ਪਿਛਲੇ ਸਾਲ ਅਸੀਂ ਆ ਨਵੀਂ ਲੈ ਕੇ ਆਏ ਸੀ ਵਾਲੀ ਮੈਨੂੰ ਕਈ ਬੰਦੇ ਕਈ ਬੰਦੇ ਨੇ ਫੋਨ ਆਇਆ ਕਿ ਬਾਈ ਇਹਦਾ ਯੂਰੀਆ ਕੱਢ ਕੇ ਖੜਾਇਓ ਗਰਮ ਪਾਣੀ ਧੋ ਕੇ ਟੈਂਕੀ ਖੜੀ ਕਰਿਓ ਨਾਲੇ ਮੇਨ ਗੱਲ ਕੀ ਆ ਜਦੋਂ ਬਾਲਟੀ ਖੋਲ ਲਈ ਨਾ ਪੂਰੀ ਬਾਲਟੀ ਪਾ ਦੋ ਵਿੱਚ ਕਈ ਵਿੱਚੋਂ ਬਾਲਟੀ ਰੱਖ ਲਈ ਯੂਰੀਆ ਫੇਰ ਵੀ ਨੀ ਜੰਮਦਾ ਨਹੀਂ ਜੰਮਦਾ ਜੇ ਢੱਕਣ ਖੁੱਲਾ ਰਹੂਗਾ ਫੇਰ ਜੰਮੂਗਾ ਢੱਕਣ ਲੱਗੇ ਤੇ ਫੇਰ ਵੀ ਨੀ ਜੰਮਦਾ ਉਹ ਹੁਣ ਪਿਛਲੇ ਸਾਲ ਦਾ ਪਾਇਆ ਹੋਇਆ ਆਪਾਂ ਕਿਹੜਾ ਟੈਂਕੀ ਸਾਫ਼ ਕਰੀ ਆ ਝੋਨੇ ਦੇ ਉੱਕਣੇ ਲਾ ਗਏ ਆ ਝੋਨੇ ਦੇ ਕਣਕ ਦਾ ਲਾਤਾ ਮੱਕੀ ਦਾ ਵੀ ਲਾਤਾ ਮੱਕੀ ਦਾ ਵੀ ਲਾਤਾ ਉੱਕਣੇ ਟੈਂਕੀ ਚੱਲਦੀ ਕੋਈ ਹਿਸਾਬ ਨੀ ਉਹ ਸਰਵਿਸ ਵਾਲਾ ਆਇਆ ਜਿਹਦੇ ਕਾਰਨ ਉਹ ਸਰਵਿਸ ਥੋੜੀ ਜਿਹੀ ਮਹਿੰਗੀ ਆ ਹੁਣ ਪੁਰਾਣੇ ਇੰਜਣਾਂ ਦੀ ਨੌਲੇਜ ਆ ਕੇ ਆਪ ਹੀ ਕਰਦੇ ਸਾਰੇ ਯਾਰ 02 ਇੰਜਣ ਦਾ ਕਈ ਕਮਾਈਨਾਂ ਵਾਲੇ ਫੋਰਮੈਨ ਡਰਾਈਵਰ ਆਏ ਜੇ ਤੇ ਉਹ ਕਈ ਮੇਕੇ ਸਮੇਤ ਨਹੀਂ ਸੱਦਦੇ ਤੇ ਉਹ ਆਪ ਇੰਜਣ ਲਾ ਕੇ ਆਪ ਉਹਦਾ ਕੰਮ ਕਰ ਲੈਂਦੇ ਤੇ ਠੀਕ ਆ ਉਹਦੇ ਨਾਲ ਲਾਲ ਇੰਨੋ ਆ ਗਿਆ ਇਹਦੇ ਲੋਕ ਘਾਬਰ ਲੱਗ ਗਏ ਵੀ ਪਤਾ ਨੀ ਕਿਆ ਆ ਗਿਆ ਇਹ ਕਿਆ ਹੋ ਗਿਆ ਟਰਬੋ ਨੀ ਚੱਲਣੀ ਤੇ ਕਰਦੇ ਨਾ ਖਿੱਚੂ ਇਹ ਭਰ ਜਿਆ ਕਰਨੀ ਇਹਨੇ ਸਿਸਟਮ ਨੇ ਕਾਮਯਾਬ ਠੀਕ ਆ ਉਹ ਟਰਬੋ ਕਾਮਯਾਬ ਹੋ ਗਿਆ ਹੁਣ BS4 ਆ ਗਿਆ ਜਿਹੜਾ ਯੂਰੀਆ ਹੁਣ ਇਹਨੂੰ ਕਹਿੰਦੇ ਯੂਰੀਆ ਨੀ ਜੇ ਕਾਮਯਾਬ ਹੋਣਾ ਇਹ ਨੀ ਹੋਣਾ ਹਜੇ 2 ਸਾਲ ਦੂਜਾ ਸਾਲ ਹੀ ਆ ਸਾਲ ਹੀ ਹੋਇਆ ਜਦ ਬਲਕਿ ਹਾਂ ਸਾਲ ਹੋਇਆ ਸਾਲ ਦੇ ਵਿੱਚ ਇੰਨਾ ਸਮਝ ਚ ਆ ਗਏ ਲੋਕਾਂ ਨੇ ਬਸ ਇਹਨੂੰ ਹੀ ਪਾ ਲੈਣਾ ਹੱਥ ਏਸੀ ਵਾਲੀ ਦਾ ਦੂਆ ਸੀ ਜਣਾ ਝੋਨੇ ਦਾ ਹਾਂਜੀ ਹੁਣ ਦੂਏ ਸਾਲ ਪੂਰਾ ਹੋ ਜਾਣਾ ਅਜੇ ਤੱਕ ਕੋਈ ਕੋਈ ਕਿਸੇ ਪ੍ਰਕਾਰ ਦੀ ਕੋਈ ਕੋਈ ਦਿੱਕਤ ਨਹੀਂ ਆਈ ਤੇ ਸਾਨੂੰ ਧੋਂਦੇ ਵੀ ਮੈਂ ਕਹਿੰਦਾ ਭੈਣ ਤਸੱਲੀ ਕਿਆ ਕਰਾ ਕੇ ਧੋਈ ਦੇ ਨਾਲੇ ਆਪ ਧੋਈ ਦੀ ਮੇਰੇ ਬਾਪ ਕੋਈ ਵੀ ਸਮੱਸਿਆ ਨਹੀਂ ਆਈ ਅਸੀਂ ਆਪ ਹੀ
ਸਤਲੁਜ ਦਰਿਆ ਦੇ ਵਿੱਚ ਵੱਢਣ ਆਏ ਮੱਕੀ ਅੱਜ ਦੂਜੇ ਦਿਨ ਫਿਰ ਜੀ। ਰਾਤੀ ਹੋ ਗਿਆ ਹਨੇਰਾ। ਮੋਗੇ ਤੋਂ ਜਿਹੜਾ ਜਲੰਧਰ ਨੂੰ ਸ਼ਾਹਕੋਟ ਵਾਇਆ ਜਾਂਦਾ ਰੋਡ, ਉਸ ਰੋਡ ਦੇ ਉੱਤੇ ਉਹ ਰੋਡ 'ਤੇ ਨਾਲ ਹੀ ਵੱਢ ਰਿਹਾ ਅੱਜ ਮੱਕੀ ਸਤਲੁਜ ਦਰਿਆ ਦੇ ਵਿੱਚ। ਜ਼ਿਆਦਾ ਜੀ ਜ਼ਿਆਦਾ, ਇਹ ਝੋਟੇ ਇਹਦੀ ਸ਼ਮਤਾ ਹੀ ਆ ਲੈ ਕੇ ਚੜ੍ਹ ਜਾਂਦਾ ਜਿਹੜਾ ਜ਼ਿਆਦਾ ਹੋਣਾ ਦਰਿਆ ਦੇ ਵਿੱਚ ਵੜਨਾ। ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਹੋਰ ਕੀ ਹਾਲ ਚਾਲ ਜੀ? ਬੜੇ ਟਾਈਮ ਬਾਅਦ ਭਾਅ ਜੀ ਹੁਣੀ ਮਿਲੇ ਅੱਜ। ਹੈਂ ਹਾਂਜੀ ਭਾਅ ਜੀ, ਕੀ ਹੋ ਗਿਆ ਜੀ? ਬੈਰਿੰਗ ਟੁੱਟ ਗਿਆ। ਅੱਛਾ ਜੀ, ਪਾਣਾ ਲਿਆ ਹੋਈ ਕੀ ਨੰਬਰ ਪਾਣਾ ਉਹ ਐ ਵੀ ਜਗਾੜੂ ਗਾਮਾ ਕਿਉਂਕਿ ਗਰੀਸ ਗਰੂ ਦਾ ਉਹ ਪਤਾ ਕੀ ਕਾਟੇ ਵੱਧੇ ਮਾਂ ਫੜਾ ਥੋੜੀ ਬੜਾ ਹੈ ਵੀ ਤੇ ਧੱਕਾ ਹੀ ਆ ਉਹ ਧੱਕਾ ਹੀ ਆ ਮੱਕੀ ਜੋਰ ਹੈ ਗਿਆ ਮੈਨਾਂ ਗੱਲ ਧੱਕਾ ਇਹਨਾਂ ਦਾ ਧੱਕਾ ਇਹਦੇ ਨਾਲ ਜ਼ਿਆਦਾ ਧੱਕਾ ਵਾ ਇਹਦੇ ਨਾਲ ਜਾ ਰੱਖਾ ਕਿਉਂਕਿ ਝੋਟੇ ਨੇ ਜਿਹੜਾ ਦਬਣਾ ਵਾ ਟਰੈਕਟਰ ਤਕੜਾ ਆ ਉਹ ਬਸ ਫਿਰ ਉਹਨੇ ਇੱਧਰ ਹੀ ਤੋੜਨਾ ਵਾ ਹਾਂ ਵੀ ਪੱਪੂ ਬਾਈ ਕਿੱਦਾਂ ਗਰਮੀ ਕਿੰਨੀ ਕੁ ਵੱਜ ਹੈਂ ਗਰਮੀ ਇੰਨੀ ਗਰਮੀ ਕਿੱਥੇ ਅੱਜ ਬਸ ਦਰਿਆ ਦੇ ਕੰਢੇ ਲੈ ਕੇ ਆਏ ਹੋਏ ਹਾਂ ਅੱਜ ਤੇ ਫਿਰ ਦੁਪਹਿਰਾਂ ਨੂੰ ਯਾਰ ਗਰਮੀ ਹੋਣੀ ਆ ਮੇਰਾ ਵੀਰ ਲਾਇਆ ਫਿਰ ਭਾਜੀ ਯਾਰ ਕੀ ਮੱਕੀ ਦਾ ਸੀਜ਼ਨ ਕਿਤੇ ਨਜ਼ਾਰੇ ਸੀਜ਼ਨ ਦੇ ਵਿੱਚ ਏਦਾਂ ਹੁੰਦਾ ਨਾ ਭਾਜੀ ਪਤਾ ਕੀ ਆ ਹੁਣ ਤੁਸੀਂ ਆਪ ਹੀ ਦੇਖੋ ਇੱਥੇ ਖੜਾਕੇ ਚ ਫੋਨ ਦਾ ਕੀ ਪਤਾ ਲੱਗਾ ਤੈਨੂੰ ਤੇਰੇ ਸਾਹਮਣੇ ਕਿਸੇ ਦਾ ਸੁਣਿਆ ਕਿਸੇ ਦਾ ਫੋਨ ਆਇਆ ਖੜੇ ਦੇ ਇੱਕ ਫੋਨ ਸੁਣਿਆ ਜਿਹਦਾ ਕਹਿੰਦਾ ਮਾਤਾ ਦਾ ਭੋਗ ਆ ਵੀ ਉੱਥੇ ਮਸ਼ੀਨ ਛੱਡ ਕੇ ਆ ਗਿਆ ਕੋਟੇ ਲਿਜਾਣੀ ਦੀ ਏਸੀ ਵਾਲੀ ਮਸ਼ੀਨ ਆ ਮੈਂ ਆਪਣੇ ਵਾਲੀ ਮਸ਼ੀਨਾਂ ਛੱਡ ਕੇ ਗੁਜਰਾਤ ਇਹ ਤਿੰਨਾਂ ਨੂੰ ਛੱਡਿਆ ਆ ਚੱਲ ਇਹਦੇ ਵਿਚਾਰੇ ਦੇ ਘਰੇ ਐਮਰਜੈਂਸੀ ਪੈ ਗਈ ਕਹਿੰਦਾ ਮੇਰੇ ਘਰ ਦੇ ਬਿਮਾਰ ਆ ਵੀ ਘਰੇ ਆਈ ਨੀ ਬਾਈ ਕਿ ਮੈਂ ਜਾਣਾ ਦਵਾਈ ਦਵਾ ਮੈਂ ਕਿਹਾ ਚੱਲ ਜਾ ਉਹਨਾਂ ਨੇ ਬਾਈ ਪਿੱਛੇ ਦੇ ਜੂਹ ਲੱਗੇ ਦਾਰੂ ਪੀਣ ਇਹਨੇ ਕਿਤੇ ਮੈਨੂੰ ਦੱਸਤਾ ਫਿਰ ਵੀ ਸਹੀ ਆ ਦੱਸਣਾ ਚਾਹੀਦਾ ਯਾਰ ਆਪਣਾ ਫਰਜ਼ ਪੂਰਾ ਕਰਤਾ ਹਾਂਜੀ ਕਿ ਮਸ਼ੀਨ ਸਾਂਭਲਾ ਜਾ ਕੇ ਕੋਈ ਹਾਦਸਾ ਹੋ ਜਵੇ ਰੱਬ ਨਾ ਹਾਦਸਾ ਨਹੀਂ ਤੇ ਗੱਲ ਦਾਰੂ ਪੀ ਗਿਆ ਗੁਜਰਾਤ ਦੇ ਲੋਕ ਐ ਨਾਲੇ ਭਾਜੀ ਮਸ਼ੀਨਰੀ ਆ ਉਹ ਸਿੱਧੇ ਆ ਪੁੱਠੇ ਕਾ ਪੁੱਠੇ ਆ ਇਹਨੇ ਮੈਨੂੰ ਇੰਨੀ ਗੱਲ ਕਹਿ ਦੀ ਆ ਕਿ ਵੀ ਬਾਈ ਦਾਰੂ ਪੀ ਫਿਰਦੇ ਆ ਉਹਦਾ ਹਨਾ ਫੋਲੋ ਹੀ ਫਿਰਦੇ ਗਲਤ ਮਲਤ ਕੰਮ ਕਰਦੇ ਫਿਰਦੇ ਇਹਨੇ ਮੈਂ ਚੱਲ ਗਿਆ ਮੈਂ ਜਾ ਕੇ ਮਸ਼ੀਨ ਲੈ ਆਇਆ ਉਹਨੂੰ ਇਹਨੂੰ ਫੋਨ ਕਰਕੇ ਪਤਾ ਕੀ ਕਹਿੰਦੇ ਉਹ ਦੇਖ ਬੰਦਿਆਂ ਦੀ ਕਿਰਦਾਰ ਕਹਿੰਦੇ ਤਾਂ ਕਿਆ ਮੈਡਲ ਪਵਾ ਲਿਆ ਦੱਸ ਜੇ ਸੱਚ ਬੋਲਦਾ ਤਾਂ ਕਿੱਡੀ ਕੁ ਬਹਾਦਰੀ ਕਰ ਲਈ ਨਾਲੇ ਦੱਸੋ ਪੁਰਾਣੇ ਬੰਦੇ ਹੋ ਗਏ ਦੇਖ ਲੈ ਸਭ ਤੋਂ ਪੁਰਾਣਾ ਬੰਦਾ ਤਾਂ ਨਾਲੇ ਮੇਰਾ ਉਹ ਨਾਲੇ ਬਾਈ ਹੋਰ ਤਾਂ ਛੱਡ ਗੱਲਾਂ ਤੂੰ ਐਂ ਹਿਸਾਬ ਲਾ ਲਾ ਵੀ ਜਿੱਦਾਂ ਦੀ ਆਪਾਂ ਮਸ਼ੀਨ ਦਸ਼ਮੇਸ਼ ਲਿਆਂਦੀ ਆ ਠੀਕ ਆ ਉੱਦਣ ਕਹਿੰਦੀ ਮੈਂ ਫੋਨ ਲਾਇਆ ਬਾਈ ਠੀਕ ਆ ਚੱਲ ਆਪਾਂ ਤਾਂ ਕਹਿੰਦੇ ਆਪਾਂ ਕਿਹੜਾ ਬੰਦਾ ਖਰੀਦਿਆ ਹੁੰਦਾ ਕੋਈ ਹਾਂ ਅਗਲੀ ਇੱਛਾ ਹੁੰਦੀ ਤੂੰ ਤੇਰਾ ਮਨ ਮਿਲਿਆ ਮੇਰੇ ਕਹਿੰਦਾ ਆਵੇ
ਮੈਂ ਫੋਨ ਲਾਇਆ, ਮੈਂ ਕਿਹਾ ਭਜਨ ਬਾਈ ਆਪਾਂ ਮਸ਼ੀਨ ਲੈ ਲਈ ਚੱਲੀਏ, ਕਹਿੰਦਾ ਬਾਈ ਮੇਰੇ ਕੋਲ ਤਾਂ ਲੈ ਠੀਕ ਆ। ਅੱਧਾ ਕੁ ਮਨ ਉੱਥੇ ਟੁੱਟ ਗਿਆ ਵੀ ਯਾਰ ਇੰਨਾ ਬੰਦਿਆਂ ਦਾ ਕਰਿਆ ਹਨਾ, ਨਾਲ ਇਕੱਠੇ ਰਹਿੰਦੇ ਹਾਂ ਇੰਨੇ ਸਾਲ ਹੋ ਗਏ, ਜਦੀ ਤੇਰੇ ਹੋਰ ਕਿਸੇ ਚੀਜ਼ 'ਤੇ ਜਵਾਬ ਨਹੀਂ, ਪੈਸੇ ਟੁੱਕਰ ਦੇ ਕੋਈ ਵੀ, ਮੈਂ ਕਹਿੰਦਾ ਪਤਾ ਨਹੀਂ ਕਦੇ ਨੋਟ ਹੀ ਨਹੀਂ ਕਰਿਆ ਉਹਦਾ ਹਿਸਾਬ ਕਿਤਾਬ। ਫਿਰ ਜਦੋਂ ਮਸ਼ੀਨ ਲਿਆਂਦੀ ਲਾ, ਉਹ ਬੰਦੇ ਨੇ ਹਜੇ ਤੱਕ ਅੱਜ ਸੀਜ਼ਨ ਮੱਕੀ ਦਾ ਆ ਰਿਹਾ, ਹਜੇ ਤੱਕ ਉਹਦੇ ਮੂੰਹ 'ਚ ਬੰਦੇ ਟੁੱਟੇ ਮੂੰਹ ਗੱਲ ਬਣਾਈਆਂ ਨੇ ਪਤਾ ਮੋਲੀ ਦੀ ਕਮੀ ਕੀ ਆ। ਮੋਲੀ ਨਾਲ ਜੋ ਟੀਮ ਏਦਾਂ ਦੀ ਮਿਲ ਜਾਂਦੀ ਸੀ ਨਾ ਉਦੋਂ ਖਰਾਬ ਹੁੰਦਾ, ਕੱਲਾ ਨੀ ਹੈਗਾ ਮੋਲੀ ਖਰਾਬ, ਕੱਲਾ ਮਸ਼ੀਨ ਚਲਾਉਂਦਾ ਰਿਹਾ ਵਾ। ਉਹ ਬੰਦਾ ਟੀਮ ਚ ਬੰਦਾ ਓਦਾਂ ਮਿਲ ਜਾਂਦਾ ਮਾੜੀ। ਪਰ ਭਜਨ ਨੇ ਸਟਾਰਟਿੰਗ ਚ ਕੰਮ ਕਰਤਾ ਜਦੋਂ ਗੁਜਰਾਤ ਨੂੰ ਚੱਲੇ ਆ ਪਹਿਲੇ ਦਿਨ, ਉਹ ਇੱਥੇ ਹੀ ਸਟਾਰਟ ਹੋ ਗਿਆ ਸੀਗਾ ਦੇਖੇ ਸਾਲ ਵੀ ਇੱਕ ਨੇ ਕਰਿਆ ਦਾ, ਤੇ ਮਾੜੀ ਗੱਲ ਆ ਪੜ੍ਹਿਆ ਲਿਖਿਆ ਵੀ ਥੋੜਾ ਹਿਸਾਬ ਕਿਤਾਬ ਦਾ ਵੀ ਚੱਲ ਆਪਾਂ ਤਾਂ ਫੇਰ ਵੀ ਤੇਰੇ ਸਾਹਮਣੇ ਉਹਨੂੰ ਡਰਾਈਵਰ ਜਿੰਨੇ ਪੈਸੇ, ਫੋਰਮੈਨ ਜਿੰਨੇ ਪੈਸੇ ਦਿੰਦੇ ਤੇ, ਹਾਂ ਫੋਰਮੈਨ ਜਿੰਨੇ ਪੈਸੇ ਦਿੰਦੇ ਬਾਈ ਉਹਨੂੰ 40,000 ਰੁਪਇਆ, ਹੋਰ ਕੀ ਚਾਹੀਦਾ ਫਿਰ। ਫਿਰ ਉਹੀ ਤਾਂ ਗੱਲ ਆ, ਮੈਂ ਤਾਂ ਇੱਕ ਗੱਲ ਦੇਖ ਲਈ, ਜਿੰਨਾ ਕਿਸੇ ਦੇ ਉੱਤੇ ਚੜੇਗਾ ਨਾ ਜਾਂ ਨਹੀਂ, ਜਿੰਨਾ ਕਿਸੇ ਦਾ ਚੜ ਕੇ ਕਰੇਗਾ ਜੁੱਤੀਆਂ ਖਾਏਗਾ ਭਾਜੀ, ਭਲਾ ਕੇ ਲੈ ਲਾ ਮੇਰੇ, ਪਤਾ ਭਲੇ ਦਾ ਜ਼ਮਾਨਾ ਨਹੀਂ ਹੈਗਾ ਅੱਜ ਕੱਲ੍ਹ ਜ਼ਿਆਦਾ। ਐਸਾ ਬੰਦੇ ਨੇ ਮੈਨੂੰ ਸੱਚ ਦੱਸਤਾ, ਐਂ ਬਗਾਨੀ ਮਸ਼ੀਨਰੀ ਦੀ ਇਹਨੇ ਮੈਨੂੰ ਦੱਸਤਾ, ਇਹਨੇ ਆਪਣਾ ਵਧੀਆ ਕਰਿਆ, ਸਭ ਫਰਜ਼ ਪੂਰਾ ਕਰਤਾ, ਇਹਦੀ ਜ਼ਿੰਮੇਵਾਰੀ ਪੂਰੀ ਕਰਤੀ ਬਾਈ, ਇੱਕਣਾ ਇੱਕਣਾ ਗੱਲ ਆ ਜਾ ਕੇ ਦੇਖ ਹਨਾ। ਮੈਂ ਬਾਈ ਗਿਆ, ਸਾਰੇ ਰਿਪੋਰਟ ਇਹੀ। ਚਲੋ ਆਪਾਂ ਹਜੇ ਤੱਕ ਉਹ ਗੱਲ ਜ਼ਿਕਰ ਨਹੀਂ ਕਰਦੇ ਜੰਮੂ ਵਾਲੇ ਦਾ, ਫਿਰ ਇਹੀ ਗੱਲ ਵਾ ਨਾ, ਦੱਸ ਦਿੱਤਾ ਵਧੀਆ ਕੀਤਾ, ਲੇਕਿਨ ਉੱਥੇ ਜੇ ਗੁਜਰਾਤ ਚ ਕਰਦੇ ਸੀ ਤਾਂ ਕੰਮ ਕਰਦੇ ਸੀਗੇ। ਮੋਟਰਸਾਈਕਲ ਵੱਜਿਆ ਕਟਰ ਦੇ ਪਿੱਛੇ, ਜੇਕਰ ਕੀ ਕਰਨੇ ਮੋਟਰਸਾਈਕਲ ਵੱਜਿਆ ਗਿਆ ਨੀ, ਇੱਥੇ ਬਾਅਦ ਤੂੰ ਆ ਗਿਆ ਪਿੱਛੇ ਤੇ ਬੰਦੇ ਨੇ ਮੋਟਰਸਾਈਕਲ ਮਾਰਿਆ, ਉਹਦੀ ਕਿਤੇ ਲੱਤ ਟੁੱਟ ਗਈ ਵਿਚਾਰੇ ਦੀ, ਲੱਤ ਟੁੱਟੀ ਤਾਂ ਉੱਥੇ ਥਾਣੇ 'ਚ ਗੱਲ ਚੱਲ ਗਈ। ਹੁਣ ਜੰਮੂ ਦੇ ਵਿੱਚ ਇਹ ਅਧਿਕਾਰ ਆ ਵੀ ਜੇ ਆਪਾਂ ਲਾਇਸੈਂਸਾਂ ਸ਼ੋਅ ਰਹਿ ਗਏ ਤਾਂ ਗੱਡੀ 'ਚ ਪਜਾਓ, ਨਹੀਂ ਕੋਈ ਜਵਾਨ ਤੋਂ ਨਹੀਂ ਕੋਈ ਜਵਾਨ। ਭਾਜੀ ਪਤਾ ਕਿ ਉਸ ਗੱਲ ਇਹ ਆ ਨਾ ਕਿ ਜੇ ਗੁਜਰਾਤ ਵਰਗੇ ਜਿੱਦਾਂ ਤੁਸੀਂ ਕਹਿੰਦੇ ਪੈਗ ਲਾ ਲੈਂਦੇ ਦਿਨੇ, ਭਾਵੇਂ ਗਲਤੀ ਦੂਜੇ ਦੀ ਆ, ਕਹਿਣਾ ਹਾਂ ਪੀਤੀ ਹੋਈ ਸੀ ਜਿਹਨੇ, ਆਪਾਂ ਗਲਤ ਰੋਂਗ ਲੈਣਾ ਨਾ ਦਿਨੇ ਵੀ। ਉਹੀ ਆ ਨਾ ਨਜਾਇਜ਼ ਰਾਤ ਨੂੰ ਪੀ ਗਿਆ ਆਰਾਮ ਨਾਲ ਸੌ ਜਾਓ ਠੀਕ ਠਾਕ ਵਧੀਆ। ਬਾਈ ਥੋੜਾ ਹਿਸਾਬ ਇੱਕ ਆ, ਜੇ ਤਾਂ ਬੰਦਾ ਕੰਮ ਵਾਲਾ, ਉਹ ਕੰਮ ਵਾਲੇ ਬੰਦੇ ਨੂੰ ਸਲਾਮ ਕਰਦੇ ਆ, ਵਿਹਲਾ ਉਹ ਮੂੰਹ ਵੀ ਲਾਉਣ ਦੀ ਪੁੱਛ ਰਿਹਾ ਇਹੀ ਹਰ। ਹਾਂ ਵੀ ਪੱਪੂ ਬਾਈ ਕੱਸ ਦੇਣ ਲੱਗੇ ਬੁਲਟ ਕਰਤਾ ਪੱਪੂ ਨੇ।